ਫਤਿਹ ਵਾਹਿ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਤੇ ਗੁਰੂ ਨਾਨਕ ਦੇਵ ਧਿਆਏ ਬ੍ਰੰਦਰ ਸੁਤੇ ਮਰਦਾਸ ਨਾਮ ਦਾਸੇ ਹੁੰਦਾ ਹੈ ਅਰਜਨ ਗੋਬਿੰਦੋ ਸੁਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਸੰਦੇ ਧਿਆਈ ਹੈ ਜਿਸ ਜਿੱਥੇ ਸਭ ਕੁ ਪੁਜਾਏ ਏ ਬਹਾਦਰ ਸਿਮਰੇ ਕਰਨੋ ਧਿਆਵੇ ਧਾਏ ਸਭ ਤਾਈ ਉਹਨਾਂ ਦੀ ਸਹਾਇਕ ਸੰਪਾਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭ ਤਾਈ ਮੋਹ ਸਾਹਿਬ ਸੰਪਾਦਨੀਆਂ ਦੀ ਮਾਨ ਨਾ ਕੀਜੇ ਸਰਣ ਪਰਿਜੇ ਕਰੇ ਸੋ ਭਲਾ ਮਨਾਈਏ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੇ ਇਉ ਦਰਸ਼ਨ ਹਰ ਜੀਉ ਪਾਈਏ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿਠਾ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮਿਠਾ ਜਨ ਨਾਨਕ ਕੋ ਗੁਰ ਕਿਰਪਾ ਸਭ ਅਕੁਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਇਸੇ ਤਰ੍ਹਾਂ ਹੀ ਥੋੜ੍ਹੇ ਮੋਢੇ ਨਾਲ ਮੋਢਾ ਲਾ ਕੇ ਇਹ ਸੰਘਰਸ਼ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਿੰਨਾ ਚਿਰ ਇਹ ਜ਼ਾਲਮ ਸਰਕਾਰ ਦੇ ਚਹੇਤੇ ਫਾਂਸੀ ਦੇ ਤਖ਼ਤੇ ਦੇ ਨਹੀਂ ਲਟਕੇ ਜਾਂਦੇ ਉਹਨਾਂ ਚਿਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸੇ ਤਰ੍ਹਾਂ ਗੁਰੂ ਸਾਹਿਬ ਪਾਰਟੀ ਖੜੇ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਬੇਨਤੀ ਕਰਾਂਗਾ ਸ੍ਰੀ ਸਤਪਾਲ ਜੀ ਗੁਸਾਈ ਉਹ ਵੀ ਆਉਣ ਇੱਕ ਮਿੰਟ ਵਾਸਤੇ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ। ਜਥੇਦਾਰ ਭੁਪਿੰਦਰ ਸਿੰਘ ਜੀ ਦੰਨ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਹੈ। ਗੁਰਵਿੰਦਰਪਾਲ ਸਿੰਘ ਜੀ ਪੱਪੂ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੈ। ਸੰਜੇ ਕਪੂਰ ਜੀ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਰਿੰਗਲ ਦੇ ਜਾਣ ਤੇ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ। Thank you.
Thank you.
Deus.
ਵੱਖਰੇ ਵੱਖਰੇ ਵੈਦ ਆ ਗਏ।
ਕੋਈ ਹਾਈ ਕਮਿਸ਼ਨਰ ਹੈ, ਕੋਈ ਔਰਥੋ ਦਾ ਹੈ, ਕੋਈ ਹਾਰਟ ਦਾ ਹੈ, ਪਰ ਜਿਹੜੇ ਵਿਕਾਰ ਨੇ ਇਹਨਾਂ ਵਿਕਾਰਾਂ ਦੇ ਉੱਤੇ ਰਿਸਰਚ ਨਹੀਂ ਹੋ ਰਹੀ। ਵਿਕਾਰਾਂ ਉੱਤੇ ਕ੍ਰੋਧ ਕਿਉਂ ਵੱਧ ਰਿਹਾ ਐਸਾ ਅੱਜ ਅਸੀਂ ਸਮਝ ਨਹੀਂ ਪਾ ਰਹੇ। ਪਰ ਕ੍ਰੋਧ ਕਰਕੇ ਬਹੁਤ ਸਾਰੇ ਘਰਾਂ ਦੇ ਘਰ ਤਬਾਹ ਹੋ ਰਹੇ ਨੇ, ਬਰਬਾਦ ਹੋ ਰਹੇ ਨੇ। ਕ੍ਰੋਧ ਇੰਨਾ ਡਾਢਾ ਹੋ ਗਿਆ ਸੰਸਾਰ ਦੇ ਵਿੱਚ, ਕਿਤੇ ਕਾਮ ਬੜਾ ਡਾਢਾ ਹੋ ਗਿਆ। ਕਿਸੇ ਵੇਲੇ ਇਸ ਗੱਲ ਦੀ ਲੋਕਾਂ ਨੂੰ ਸਮਝ ਸੀ ਕਿ ਕਾਮ ਇੱਕ ਸੰਸਾਰ ਦੀ ਉਤਪਤੀ ਦਾ ਸਾਧਨ ਹੈ, ਕਾਮ ਕੋਈ ਰਸ ਨਹੀਂ। ਪਰ ਅਗਿਆਨਤਾ ਵੱਸ ਲੋਕ ਇਸ ਨੂੰ ਰਸ ਸਮਝ ਬੈਠੇ। ਅੱਜ ਸੰਸਾਰ ਦੇ ਅੰਦਰ ਭਾਵੇਂ ਇੰਨੀ ਐਜੂਕੇਸ਼ਨ ਅੱਗੇ ਵੱਧ ਗਈ ਹੈ, ਅੱਜ ਅਸੀਂ ਦਲੀਲ ਦੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਾਂ, ਵਿਚਾਰ ਦੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਾਂ। ਕਿਸੇ ਨੂੰ ਕਿਸੇ ਗਲਤੀ ਦਾ ਅਹਿਸਾਸ ਕਰਾਉਣ ਦੇ ਲਈ ਸਾਡੇ ਕੋਲ ਇਹ ਜੁਗਤ ਹੀ ਨਹੀਂ ਹੈ। ਜਿਹਨਾਂ ਕੋਲ ਇਹ ਜੁਗਤ ਨਹੀਂ ਹੁੰਦੀ ਉਹ ਫਿਰ ਵਿਚਲਿਤ ਹੋ ਜਾਂਦੇ ਹਨ, ਉਹ ਜਿਹੜਾ ਇਹਨਾਂ ਆਪਣਾ ਸੰਤੁਲਨ ਵਿਗਾੜ ਬੈਠਦੇ ਹਨ ਔਰ ਆਪਣੇ ਆਪ 'ਤੇ ਉਹ ਕੰਟਰੋਲ ਨਹੀਂ ਕਰ ਪਾਉਂਦੇ। ਐਸੀ ਘਟਨਾਵਾਂ ਇੱਕ ਨਹੀਂ ਅਨੇਕਾਂ ਹੋ ਰਹੀਆਂ ਨੇ ਸੰਸਾਰ ਦੇ ਵਿੱਚ। ਸਿਰਫ ਕਾਰਨ ਕੀ ਹੈ? ਬੇਸਮਝੀ ਹੈ। ਬੇਸਮਝੀ ਕਰਕੇ ਅਸੀਂ ਬਰਬਾਦੀ ਦੇ ਕੰਡੇ ਵੱਲ ਜਾ ਰਹੇ ਹਾਂ। ਕਿਸੇ ਵੇਲੇ ਜੇ ਕਿਤੇ ਸਿੱਖ ਇਤਿਹਾਸ ਕਿਸੇ ਨੇ ਪੜ੍ਹਿਆ ਹੋਵੇ ਤਾਂ ਸਿੱਖ ਦੇ ਅੰਦਰ ਜੇ ਕਿਸੇ ਵੇਲੇ ਸਿੱਖ ਦੇ ਨਾਲ ਕੋਈ ਜੰਗ ਹੋ ਜਾਣੀ, ਕੋਈ ਝਗੜਾ ਹੋ ਜਾਣਾ ਤਾਂ ਰਾਤ ਵਿਛੋੜੇ ਦੀ ਨਹੀਂ ਸੀ ਗੁਜ਼ਾਰਿਆ ਕਰਦੇ ਸਿੱਖ, ਰਾਤ ਵਿਛੋੜੇ ਦੀ ਨਹੀਂ ਸੀ ਲੱਗਦੀ। ਸਵੇਰੇ ਕੋਈ ਝਗੜਾ ਹੋਇਆ ਸ਼ਾਮ ਤੱਕ ਉਸਨੂੰ ਮੁਕਾ ਲੈਂਦੇ ਸਨ, ਸ਼ਾਮ ਤੱਕ ਉਸਨੂੰ ਨਿਬੇੜ ਲੈਂਦੇ ਸਨ, ਕਿਉਂਕਿ ਅੰਦਰ ਇਹ ਭਾਵਨਾ ਹੁੰਦੀ ਸੀ ਆਏ ਮੇਰਾ ਵਰਸਿਕ, ਆਏ ਮੇਰਾ ਤੂੰ ਮੇਰੇ ਗੁਰੂ ਕੇ ਪਿਆਰੇ। ਅੱਜ ਨਾ ਸਾਡੇ ਅੰਦਰ ਇਹ ਸੋਚ ਹੈ, ਨਾ ਸਾਡੇ ਬੱਚੇ ਪਰਿਵਾਰਾਂ ਦੇ ਵਿੱਚ ਇਹ ਸੋਚ ਹੈ। ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਤੋਂ ਕੋਹਾਂ ਦੂਰ ਕਰ ਦਿੱਤਾ, ਪਰ ਦੂਰ ਕਰਨ ਕਰਕੇ ਅੱਜ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹਨ। ਬੜੀ ਮੁਸ਼ਕਲ ਹੁੰਦੀ ਹੈ, ਬੜੀ ਔਖਾ ਇਹ ਸਮਾਂ ਹੁੰਦਾ ਜਦੋਂ ਕਿਸੇ ਬਾਪ ਨੂੰ ਆਪਣੇ ਬੱਚੇ ਨੂੰ ਬੰਦਾ ਦੇ ਕੇ ਸ਼ਮਸ਼ਾਨ ਘਾਟ ਲੈ ਜਾਇਆ ਜਾ ਰਿਹਾ ਹੋਵੇ, ਕੋਈ ਅਮੂਲੀ ਘਟਨਾ ਨਹੀਂ ਹੈ। ਸਿਰਫ ਸਾਡੇ ਕੋਲ ਇੱਕੋ ਇੱਕ ਜੁਗਤ ਹੁੰਦੀ ਹੈ, ਤੀਰਤ ਹੁੰਦਾ, ਉਹ ਤੀਰਤ ਹੈ ਕੇਵਲ ਅਤੇ ਕੇਵਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਜਿਹਦੇ ਕਰਕੇ ਸਾਨੂੰ ਕੁਝ ਹੌਸਲਾ ਮਿਲਦਾ, ਕੁਝ ਤੀਰਤ ਮਿਲਦਾ ਇਤਿਹਾਸ ਤੋਂ, ਗੁਰਬਾਣੀ ਤੋਂ। ਨਹੀਂ ਤਾਂ ਬਹੁਤ ਔਖਾ ਕੰਮ ਹੈ ਕਿ ਕਿਸੇ ਬਾਪ ਵੱਲੋਂ ਆਪਣੇ ਬੱਚੇ ਨੂੰ ਮੋਢਾ ਦੇ ਕੇ ਸ਼ਮਸ਼ਾਨ ਵੱਲ ਲੈ ਕੇ ਜਾਣਾ, ਬੜੀ ਮੁਸ਼ਕਲ ਦੀ ਖੇਡ ਹੁੰਦੀ ਹੈ। ਇਹ ਖੇਡ ਖੇਡਣੀ ਕੋਈ ਸੌਖੀ ਨਹੀਂ ਹੈ। ਜਨ ਨਾਨਕ ਇਹ ਖੇਡ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ, ਬੜੀ ਔਖੀ ਖੇਡ ਹੈ। ਕੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਇਸ ਖੇਡ ਨੂੰ ਸਮਝ ਸਕਦਾ ਹੈ। ਸਮਝ ਆਉਂਦੀ ਹੈ ਅਨੰਤ ਸ਼ਾਹ ਆਪਣੀ ਦੇ ਰਾਤ, ਖਾਤ ਪੀਟ ਵਰਤੇ ਆਨੰਦ ਉਲਾਸ, ਆਪਣੀ ਅਮਾਨ ਕਿਛ ਬੋਹਰ ਸ਼ਾਹ ਦੇ, ਅਗਿਆਨੀ ਮਨ ਰੋਸ ਕਰੇ। ਅਗਿਆਨੀ ਪੁਰਖ ਗਿਲਾ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ। ਸੰਸਾਰ ਦੇ ਵਿੱਚੋਂ ਕੋਈ ਬਚਪਨ ਵਿੱਚ ਸੰਸਾਰ ਤੋਂ ਜੁੜ ਜਾਏ, ਕੋਈ ਜਵਾਨੀ ਦੀ ਤਰ੍ਹਾਂ ਜਾਏ, ਕੋਈ ਅਧਖੜ ਉਮਰ ਦੀ ਤਰ੍ਹਾਂ ਜਾਏ, ਕੋਈ ਬਜ਼ੁਰਗੀ ਦੀ ਤਰ੍ਹਾਂ ਜਾਏ, ਪਰ ਇਹ ਅਮਾਨਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਆਪਣੀ ਅਮਾਨ ਕਿਛ ਬੋਹਰ ਸ਼ਾਹ ਦੇ, ਮਾਲਕ ਆਪਣੀ ਅਮਾਨਤ ਵਾਪਸ ਲੈਂਦਾ ਹੈ। ਅਗਿਆਨੀ ਮਨ ਰੋਸ ਕਰੇ, ਅਗਿਆਨੀ ਗੁਰਬਿੜਾ ਕਰਦਾ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਦਾ ਵਿਸ਼ਵਾਸ ਨਾ ਹੋਵੇ, ਆਪਣਾ ਇਤਵਾਰ ਉਹ ਆਪ ਗਵਾ ਲੈਂਦਾ, ਕਿਉਂਕਿ ਉਹਦੇ ਹੁਕਮ ਨੂੰ ਮੰਨਣਾ ਪਵੇਗਾ, ਉਹਦੇ ਬਾਣੇ ਨੂੰ ਮੰਨਣਾ ਪਵੇਗਾ। ਸੁੱਖ ਵੀ ਉਹਦਾ ਹੁਕਮ ਹੈ, ਦੁੱਖ ਵੀ ਉਹਦਾ ਹੁਕਮ ਹੈ, ਖੁਸ਼ੀ ਵੀ ਉਹਦਾ ਹੁਕਮ ਹੈ, ਗਮ ਵੀ ਉਹਦਾ ਹੁਕਮ ਹੈ, ਜਨਮ ਵੀ ਉਹਦਾ ਹੁਕਮ ਹੈ, ਮਰਨ ਵੀ ਉਹਦਾ ਹੁਕਮ ਹੈ। ਪਰ ਖੁਸ਼ੀ ਸਾਨੂੰ ਪ੍ਰਵਾਨ ਹੈ, ਗਮੀ ਸਾਨੂੰ ਪ੍ਰਵਾਨ ਨਹੀਂ, ਜਨਮ ਪ੍ਰਵਾਨ ਹੈ, ਮਰਨ ਪ੍ਰਵਾਨ ਨਹੀਂ। ਅੱਧਾ ਹੁਕਮ ਅਸੀਂ ਮੰਨਦੇ ਹਾਂ, ਸੁੱਖ ਵਾਲਾ ਅਸੀਂ ਮੰਨਦੇ ਹਾਂ, ਖੁਸ਼ੀ ਵਾਲਾ ਅਸੀਂ ਮੰਨਦੇ ਹਾਂ, ਦੁੱਖ ਵਾਲਾ ਉਹ ਪਰਮਾਤਮਾ ਸਾਡੇ ਕੋਲ ਮਨਾ ਲੈਂਦਾ। ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ 1026 ਤੇ ਸਤਿਗੁਰ ਲਿਖਦੇ ਨੇ, ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ
रंगीला बालक मरे बालक की लीला। संसार में बच्चा आया और बहुत सारिया कलोना बहुत सारिया खेडा करता है बड़े जेड़ा वे हसमुख सुभाव वाला अमूमन तौर पर प्रवान आए मारक को कौन खुंद रहा है मरे बालक की लीला कह कह रोवे बाल रंगीला जिसका साथ सो जिनी ही लीला। दीदी ये दात सी उस मारक ने वापस ले ली जिसका साथ सो जिनी ही लिया उला रोवन हाराए किते नु ये गल कहनी कि कोई नहीं धीरज रखो मंगला रखो कोई गल नहीं है कहनी सौखी है पर जो आप दे नाल बीती है उस वजह पता लगता है क्यों आती है जो किसी नाल बीतती है तो जिहड़ा वे ਤੰਦਾ ਉਹਦੇ ਤੇ ਲੋਕ ਜਿਹੜਾ ਇਹਨਾਂ ਕਹਿੰਦੇ ਸੀ ਕੋਈ ਗੱਲ ਨਹੀਂ ਬਈ ਸ਼ਬਦ ਪੜ੍ਹਦੇ ਕਹਿੰਦੇ ਉਮਰ ਵਿੱਚ ਕੀ ਕਰਕੇ ਗਿਆ ਸੀ ਬਜ਼ੁਰਗ ਕੋਈ ਗੱਲ ਨਹੀਂ ਪਰ ਜਿਸ ਵੇਲੇ ਕਿਸੇ ਜਵਾਨ ਨੇ ਸੰਸਾਰ ਤੋਂ ਤੁਰ ਜਾਣਾ ਉਸ ਵੇਲੇ ਥੋੜ੍ਹਾ ਬਹੁਤ ਮਹਿਸੂਸ ਕਰਦੇ ਸਨ ਪਰ ਉਹਨਾਂ ਦਾ ਗਿਆਨੀ ਜੀ ਦਾ ਸੁਭਾਅ ਸੀ ਉਹਨਾਂ ਨੇ ਤੁਰਕ ਲੈ ਕੇ ਆ ਜਾਣਾ ਸ਼ਬਦ ਪੜ੍ਹਦੇ ਜਾਣਾ ਸਮੇਂ ਦੇ ਨਾਲ ਨਿਰੰਕਾਰ ਦੀ ਖੇਡ ਐਸੀ ਵਰਤੀ ਕਿ ਉਹਦਾ ਇੱਕੋ ਇੱਕ ਪੁੱਤਰ ਪਾਰਦਮਾਨੀ ਵਿੱਚ ਉਹ ਸੰਸਾਰ ਤੋਂ ਮੁੱਝ ਕਰ ਗਿਆ ਪਿੰਡ ਵਾਲੇ ਨਗਰ ਵਾਲੇ ਇਕੱਠੇ ਹੋਏ ਕਹਿਣ ਲੱਗੇ ਅਮੂਮਨ ਤੌਰ 'ਤੇ ਜਾਣੇ ਦੀ ਟੋਲ ਲੈ ਕੇ ਜਿਹੜਾ ਹੈ ਸ਼ਬਦ ਕਰਦੇ ਜਾਂਦੇ ਸਨ ਸ਼ਮਸ਼ਾਨ ਭੂਮੀ ਵੱਲ ਪੁੱਤਰ ਨੂੰ ਮੁੱਠੀ ਲੈ ਕੇ ਜਾਣਾ ਹੈ ਮੈਂ ਤੇ ਟੋਲ ਲੈਣ ਦਾ ਪਾਸ ਕਰਦੇ ਇਹ ਹਮਾਰਾ ਜੀਵਨ ਹੈ ਇਹ ਸਾਡਾ ਜੀਵਨ ਹੈ ਇਸ ਤਰ੍ਹਾਂ ਦਾ ਜੀਵਨ ਜੀਣਾ ਹੈ ਭਾਵੇਂ ਇਹ ਕੌਂਟ ਹੈ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਇਹਨੂੰ ਮੌਤ ਨਹੀਂ ਮੰਨਦੇ ਮਹਾਰਾਜ ਜੀ ਨੂੰ ਮੌਤ ਨਹੀਂ ਮੰਨਦੇ ਮੌਤ ਕੀ ਹੈ ਸਭ ਤੋਂ ਕਹਿੰਦੇ ਨੇ ਆਪਣਾ ਜੀਵਾ ਇੱਧਰ ਹੈ ਮਹਾਰਾਜ ਇਹ ਮੌਤ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੁੱਤਰ ਬਾਬਾ ਅਟਲ ਰਾਏ ਜੀ ਜਿਸ ਵੇਲੇ ਇਹ ਬਾਤ ਚਲਾਣਾ ਕਰਦੇ ਉਹਨਾਂ ਦੇ ਥਾਂ ਤੋਂ ਭਾਈ ਪਾਣੀ ਰਾਤ ਉੱਤੇ ਆਏ ਸਾਹਮਣੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸਹਿਜ ਅਵਸਥਾ ਅਤੇ ਟਿਕਾ ਵਾਲੀ ਮੰਡੀ ਵਿੱਚ ਵੇਖ ਕੇ ਅਤੇ ਭਾਈ ਸਾਈਂ ਦਾਸ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿਣ ਲੱਗੇ ਗੁਰੂ ਮਹਾਰਾਜ ਕਹਿਣ ਲੱਗੇ ਸਾਈਂ ਦਾਸ ਧਰਤੀ ਦੇ ਵਿੱਚ ਲਕੀਰ ਪਾ ਦੇ ਕਦੋਂ ਲਕੀਰ ਪਾਈ ਕੋਈ ਖੁਸ਼ੀ ਹੋਈ ਕਹਿਣ ਲੱਗੇ ਨਹੀਂ ਤੁਸੀਂ ਮੁਕਤ ਕੀਤਾ ਲਕੀਰ ਪਾ ਦਿੱਤੀ ਲਕੀਰ ਨੂੰ ਜਦੋਂ ਵੇਚਿਆ ਤੋਂ ਕੰਮ ਹੋਇਆ ਕਹਿਣ ਲੱਗੇ ਨਹੀਂ ਤੁਸੀਂ ਹੁਕਮ ਕੀਤਾ ਲਕੀਰ ਦੇ ਸਾਧੂ ਕਹਿੰਦੇ ਨੇ ਬਾਬਾ ਅਟਲ ਰਾਏ ਨਾਂ ਨੂੰ ਸਮਝਣਾ ਇਹ ਵਰਤਿਆ ਉਹਦਾ ਹੁਕਮ ਹੈ ਇਹ ਉਹਦਾ ਮਾਨ ਹੈ ਪਰ ਜੋ ਕਾਰਨ ਬਣੇ ਆਪ ਤੋਂ ਇਹ ਮੂਲ ਕਰਨਾ ਵੀ ਹੋਵੇ ਤਾਂ ਬੜੇ ਬੜੇ ਐਸੇ ਨਿਸ਼ਾਨੇ ਹੁੰਦੇ ਹਨ ਜਿਨ੍ਹਾਂ ਦੇ ਲਈ ਆਪਣੇ ਆਪ ਨੂੰ ਪ੍ਰਮਾਣ ਕਰ ਜਾਂਦਾ ਪਰਮਾਤਮਾ ਚ ਲੀਨ ਹੋ ਗਈ ਹੈ ਉਸ ਨੂੰ ਮੈਂ ਕਿਵੇਂ ਜੀਵਿਤ ਕਰ ਸਕਦਾ ਵਾਂ
ਜਿਵੇਂ ਤੂੰ ਉਹ ਪਾਣੀ ਦੁਬਾਰਾ ਕਮੰਡਲ ਵਿੱਚ ਨਹੀਂ ਪਾ ਸਕਦਾ, ਇਸੇ ਤਰ੍ਹਾਂ ਜਿਹੜਾ ਵੇ ਮੈਂ ਵੀ ਦੁਬਾਰਾ ਜੀਵਤ ਨਹੀਂ ਕਰ ਸਕਦਾ। ਸਮੇਂ ਦੇ ਨਾਲ ਇਸ ਸੰਸਾਰ ਦੇ ਵਿੱਚ ਜਦੋਂ ਵੀ ਜੀਵ ਆਇਆ ਉਸਨੇ ਦੇ ਨਾਲ ਡਰ ਹੈ, ਜਿਵੇਂ ਠੱਗ ਨੇ ਜਿਵੇਂ ਬਾਦਸ਼ਾਹ ਕਰ ਰਹੇ ਨੇ, ਜਿਵੇਂ ਜਿਉਂਦੇ ਜਿਹੜੇ ਲੋਕ ਨੇ ਉਹ ਤੁਹਾਨੂੰ ਕਰ ਰਹੇ ਨੇ, ਜਿਉਂਦੇ ਲੋਕ ਵਧੀਆ ਕਰ ਰਹੇ ਨੇ। ਜਿਹੜਾ ਸੰਸਾਰ ਤੋਂ ਤੁਰ ਗਿਆ ਉਹਨੇ ਕੁਝ ਨਹੀਂ ਕਰਨਾ, ਉਹਨੇ ਸਾਡਾ ਕੋਈ ਨੁਕਸਾਨ ਨਹੀਂ ਕਰਨਾ। ਨੁਕਸਾਨ ਕੌਣ ਕਰ ਰਹੇ ਨੇ? ਜਿਉਂਦੇ ਕਰ ਰਹੇ ਨੇ। ਇਸ ਕਰਕੇ ਜ਼ਰੂਰਤ ਹੈ ਉਹਨਾਂ ਤੋਂ ਸੁਚੇਤ ਹੋਣ ਦੀ, ਜ਼ਰੂਰਤ ਹੈ ਉਹਨਾਂ ਤੋਂ ਸਾਵਧਾਨ ਹੋਣ ਦੀ, ਇਸ ਸੰਸਾਰ ਦੇ ਵਿੱਚ ਆਏਗਾ। ਇਸ ਕਰਕੇ ਮਹਾਰਾਜ ਸਾਨੂੰ ਵਾਰ ਵਾਰ ਬਾਣੀ ਵਿੱਚ ਇਹ ਸਿੱਖਿਆ ਦੇ ਰਹੇ ਹਨ ਕਿ ਪਵਨ ਹੈ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਆਇਆ। ਮਾਟੀ ਹਰੇਕ ਕੰਮ ਕਰੇ ਚੰਗੇ ਕਰੇ ਫਿਰ ਵੀ ਭੁੱਲਾਂ ਹੋ ਜਾਂਦੀਆਂ ਹਨ, ਲਿਖ ਹੈ ਕਤਰ ਨਾ ਛੁੱਟੀ ਹੈ, ਖਿਲ ਖਿਲ ਭੁੱਲਣ ਹਾਰ ਬਖਸ਼ਣ ਹਾਰ ਤੋਂ ਰੰਗ ਜਵਨ ਯਾਦ ਹਾਂ। ਲਿਖ ਹੈ ਕਤਰ ਨਾ ਛੁੱਟੀ ਹੈ, ਲੇਖ ਕਤਰ ਨਾ ਛੋਟੀ ਹੈ, ਲੇਖ ਕਤਰ ਨਾ ਛੋਟੀ ਹੈ, ਲੇਖ ਕਤਰ ਨਾ ਛੋਟੀ ਹੈ, ਕਿਨ ਕਿਨ ਪੂਰਣ ਹਾਰ, ਕਿਨ ਕਿਨ ਪੂਰਣ ਹਾਰ, ਕਿਨ ਕਿਨ ਪੂਰਣ ਹਾਰ, ਨਾਨਕ ਪਾਰ ਉਤਾਰ, ਕਿਨ ਕਿਨ ਪੂਰਨ ਹਾਰ, ਕਿਨ ਕਿਨ ਪੂਰਨ ਹਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਇਸ ਦਾ ਦਲੀਪ ਸਿੰਘ ਨਿੰਕਰ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਖਾਣੇ ਮਰਨ ਦਾ ਵਰ ਬਖਸ਼ਣ, ਸਮਤ ਸਾਹਾ ਲਿਖਿਆ ਮਿਲ ਕਰ ਪਾਓ ਦੇਰ ਦੇਰ ਸਰਨਣ ਸਰਚੀਛੜੀਆਂ ਜਿਉਂ ਹੋਵੇ ਸਾਹਿਬ ਸੁਮੇਲ ਉਲ ਚੁੱਕਦੀ ਜਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਆਇਆ ਸਿੱਧੀ ਮੰਗਣੀਆਂ ਵਰਦਾਨੀਆਂ, ਰਾਗ ਰਤਨ ਪਰਵਾਰ ਕਰੀਆਂ ਸ਼ਬਦ ਕਾਮਣਿਆਂ, ਸਭ ਤੋਂ ਸਖਾਉ ਹਰੀ ਕੇਰਾ ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸੰਦੀ ਧਿਆਈ ਹੈ ਜਿਸ ਜਿੱਥੇ ਸਭ ਕੁਝ ਪਜਾਏ
ਇਹ ਬਾਤ ਸਿਮਰੇ ਕਰਨੋਂ ਦਿਆਵੇ ਤਾਹੀਂ ਸਭ ਤਾਹੀਂ ਉਹਨਾਂ ਦੀ ਸਹਾਇਕ ਸੰਪਾਦਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭ ਤਾਹੀਂ ਉਹ ਸਹਾਇਕ ਸੰਪਾਦਸਨੀਆਂ ਦੀ ਕਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਤੇ ਕੇਣ ਡਿਟ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲੋ ਜੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲੋ ਜੀ ਸਰਬੱਤ ਗੁਰਦੁਆਰਿਆਂ ਧਾਮਾਂ ਜੀ ਦਾ ਧਿਆਨ ਕਰਕੇ ਬੋਲੋ ਜੀ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਤਿਕਾਰ ਸਰਬੱਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੁਚਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਹੁੰਗੇ ਜੁਗੋ ਜੁਗ ਅਟਲ ਧਰਮ ਦਾ ਜਿਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਤਿਨਾਂ ਦੇ ਕੁੱਲੇ ਦਰਸ਼ਨ ਦਿਦਾਰੇ ਸੇਵਾ ਸੰਭਾਲ ਦਾ ਦਾਨ ਸਮੂਹ ਖਾਲਸਾ ਪੰਥ ਨੂੰ ਬਖਸ਼ੀਸ਼ ਕਰੋ ਜੀ ਹੇ ਨਿਮਾਣੀਆਂ ਦੀ ਮਾਣ ਸਤਿਗੁਰੂ ਨਿਤਾਣੀਆਂ ਦੀ ਤਾਣ ਸਤਿਗੁਰੂ ਨਿਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦਾ ਹੁਕਮ ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਰਾਣਾ ਰਾਮ ਨਾ ਕੋ ਰਹਿ ਰੰਗ ਨਾ ਤੂੰ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀ ਦੇ ਮਾਕ ਅਨੁਸਾਰ ਜਿਗਰਿੰਕਲ ਕਿਆ ਜੀ ਸੱਚੇ ਪਾਸ ਸੰਸਾਰ ਯਾਤਰਾ ਪੂਰੀ ਕਰਦਿਆਂ ਹੋਇਆ ਆਪ ਜੀ ਦੀ ਬਖਸ਼ਿਸ਼ ਕੀਤੀ ਸਵਾਸਾ ਰੂਪੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਗੀ ਸੰਬੰਧਿਆਂ ਨੂੰ ਸਦੀ ਵੀ ਕਾਲ ਵਾਸਤੇ ਵਿਛੁੜਾ ਦੇ ਕੇ ਪਿਛਲੇ ਦਿਨੀ ਆਪ ਜੀ ਦੇ ਚਰਨ ਕਮਲਾ ਪਾ ਜਾ ਬਿਰਾਜੇ ਸੱਚੇ ਪਾਤਸ਼ਾਹ ਜੀ ਵਿੱਚ ਦਿਓ ਜੋਤੀ ਆਤਮ ਕਲਿਆਣ ਪਰਿਵਾਰ ਬਣਾਓ ਅੰਤੇ ਸਤਿਗੁਰ ਬੋਲਿਆ ਮੈਂ ਕੀਰਤਨ ਕਰਿਓ ਨਿਰਬਾਣ ਜੀਓ ਕੇਸੋ ਗੋਪਾਲ ਪੰਡਤ ਸਦਿਓ ਹਰ ਅੰਕਤਾ ਆਪਣੇ ਪੁਰਾਣ ਜੀਓ ਦੇ ਮਾਂਕ ਅਨੁਸਾਰ ਪਰਿਵਾਰ ਬਣਾਓ ਵਿਛੜੀ ਹੋਈ ਗੁਰੂ ਦੀ ਆਤਮ ਕਲਿਆਣ ਪਰਿਵਾਰ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕਰਵਾਏ ਉਪਰੰਤ ਕਥਾ ਵਿਚਾਰਾਂ ਹੋਈਆਂ ਅਨੰਦ ਸਾਹਿਬ ਦੀ ਛੇ ਪੁਣੀਆਂ ਦੇ ਜਾਪ ਹੋਏ ਪੁਲ ਚੁਕਮੁਆ ਪੁਰਨੀ ਦਾ ਦਾਤ ਪਿਤਾ ਜੀ ਅੱਗੋਂ ਵਾਸਤੇ ਸੁਧ ਬਾਣੀ ਵਿਚਾਰਨ ਕਰਨ ਦੀ ਸੁਮਤ ਪ੍ਰਸਿੱਧ ਕਰਨੀ ਪੜੀ ਸੋਈ ਬਾਣੀ ਦਾ ਲਾਭ ਸ੍ਰੀ ਹੋਰ ਨੂੰ ਬਖਸ਼ੀਸ਼ ਕਰਨ ਦਾ ਦਾਤ ਪਿਤਾ ਜੀ ਕਹਿ ਕਬੀਰ ਸੁਨੋਰੇ ਸੰਤੋ ਖੇਤੀ ਕਰੋ ਨਿਬੇਰਾ ਅਬ ਕੀ ਵਾਰ ਬਖਸ਼ਣ ਦੇ ਕੋ ਬੌਰ ਨਾ ਬੋਜਲ ਫੇਰਾ ਲਿਖੇ ਕਿਤੇ ਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਤਲ ਮਾਕ ਅਨੁਸਾਰ ਕਾਕਾ ਜਗਦੀਪ ਸਿੰਘ ਜੀ ਪਾਸੋ ਸੰਸਾਰ ਯਾਤਰਾ ਪੂਰੀ ਕਰਦਿਆਂ ਹੋਇਆਂ ਜਾਣੇ ਅਣਜਾਣੇ ਤਨੇਕਾਂ ਪ੍ਰਕਾਰ ਦੀਆਂ ਭੁੱਲਾਂ ਟੁੱਟੀਆਂ ਹੋਗੀਆਂ ਹੋਗੀਆਂ ਭੁੱਲਾਂ ਟੁੱਟੀਆਂ ਨੂੰ ਨਾ ਚਿਤਾਰਦੇ ਹੋਏ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਦੱਸਣਾ ਆਵਾਗੁਣ ਤੋਂ ਛੁਟਕਾਰੇ ਜੋ ਰਸਤੇ ਦੇ ਨੇ ਗਲੀਆਂ ਤੋਂ ਬਚਾਉਣਾ ਪਿੱਛੇ ਪਰਿਵਾਰ ਨੂੰ ਦਰਾਈਆਂ ਸੰਤਾਂ ਸੱਚੇ ਪਾਤਸ਼ਾਹ ਦਿਨ ਦੋਗਣੀਆਂ ਰਾਤ ਚੋਗਣੀਆਂ ਤੁਰਕੀਆਂ ਨੂੰ ਕੀਰਤਨ ਨਾ ਦਾਤਾ ਪਿਤਾ ਜੀ ਆਪ ਜੀ ਦੀਆਂ ਤੁਹਾਨੂੰ ਸੰਤਾਂ ਵੱਲੋਂ ਆਪ ਜੀ ਦੀ ਬਖਸ਼ਿਸ਼ ਕੀਤੀ ਕਿ ਕਮਾਇਆ ਜੋ ਬੇਅੰਤ ਮਾਇਆ ਦੱਸਣੀ ਛੱਡਾ ਹੋਈ ਬੇਅੰਤ ਮਾਇਆ ਦੱਸਣੀ ਤੁਹਾਨੂੰ ਚੋਟੀ ਦਾ ਸਤਿਕਾਰ ਕਰਨੀਆਂ ਹਾਜ਼ਰ ਹੈ ਬੇਅੰਤ ਮਾਇਆ ਦਾਤਾ ਬੇਟਾ ਉਹਦੇ ਪ੍ਰਵਾਨ ਕਰਨਾ ਦਾਤਾ ਪਿਤਾ ਜੀ ਗੁਰੂ ਦਰਬਾਰ ਤੇ ਬੇਅੰਤ ਮਾਇਆ ਹਾਜ਼ਰ ਹੈ ਸਤਿਕਾਰ ਹਾਜ਼ਰ ਅੰਦਰ ਪ੍ਰਵਾਨ ਕਰਨਾ ਦਾਤਾ ਪਿਤਾ ਜੀ ਬਖਸ਼ੀ ਹੋਈ ਦਾਤਾ ਜੋ ਪ੍ਰਸਿੱਧ ਰਾਤਾਂ ਦੀ ਲਈ ਸੱਚੇ ਹਾਜ਼ਰ ਹੈ ਆਪ ਦਾ ਪ੍ਰਵਾਨ ਹੋਵੇ ਦਰ ਪ੍ਰਵਾਨ ਆਪ ਦਾ ਚਾਹ ਸੰਗਤ ਜੋ ਦੇਵ ਜੀ ਆਪ ਜੀ ਦਾ ਪ੍ਰਚਾਰ ਕੇ
ਸਵਾਮੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਨਾਮ ਵਿੱਚ ਆਪ ਜੀ ਕੋ ਕਿਰਪਾ ਲਈ ਗੁਨਾਮ ਵਿੱਚ ਕੇ ਜਵਾਨ ਜਵਾਨ ਨਾਮ ਗੁਰੂ ਜੀ ਹੁਕਮ ਦੇ ਜੋ ਨੀ ਸਮਤਾ ਆਪਣਾ ਅਕਰ ਵਾਦਾ ਜਗਦੀਪ ਸਿੰਘ ਦੇ ਗੱਲ ਉਹਦੀ ਅੰਤਮ ਅਰਦਾਸ ਦੇ ਵਿੱਚ
ਸ਼ਮੂਲੀਅਤ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਆਓ ਫਤਿਹ ਅੱਜ ਕਰਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਦਰਿਆ ਦੇ ਥੱਲੇ ਬਦਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਝਲੋਂ ਅਚਿੰਤੇ ਵਾਜਪੇਈ ਵਾਜਪੇਈ ਕਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੇ ਗੱਲ ਗੱਲ ਪਤਾ ਨਹੀਂ ਸੀ। 10 ਮਿੰਟ ਪਹਿਲਾਂ 5 ਮਿੰਟ ਪਹਿਲਾਂ ਉਸ ਮਾਂ ਨੂੰ ਪਤਾ ਨਹੀਂ ਉਸ ਭਰਾ ਨੂੰ ਪਤਾ ਨਹੀਂ ਕਿ ਜਿਸ ਬੱਚੇ ਨੂੰ ਮੈਂ ਆਪਣੇ ਹੱਥ ਨਾਲ ਬਣਾ ਕੇ ਰੋਟੀ ਦੇ ਕੇ ਜਾ ਰਹੀ ਹਾਂ ਮੇਰੇ ਹੱਥ ਦੀ ਬਣਾਈ ਹੋਈ ਰੋਟੀ ਵੀ ਉਸ ਬੱਚੇ ਨੂੰ ਨਸੀਬ ਨਹੀਂ ਹੋਣੀ ਤੇ ਜਾਲਮਾਂ ਨੇ ਆ ਕੇ ਮੇਰੇ ਜਿਗਰ ਦਾ ਟੁਕੜਾ ਮੇਰੇ ਘਰ ਦਾ ਚਿਰਾਗ ਮੇਰੀਆਂ ਅੱਖਾਂ ਦਾ ਤਾਰਾ ਖੋਹ ਲੈਣਾ ਕਿਉਂਕਿ ਵੈਸੇ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ੍ਹੇ ਹਾਂ ਅੰਤਿਮ ਅਰਦਾਸ ਵਾਸਤੇ ਸ਼ਾਮਿਲ ਹੋਇਆ ਕਿ ਰਾਜਨੀਤਿਕ ਮੰਚ ਤਾਂ ਨਹੀਂ ਪਰ ਸਤਿਗੁਰੂ ਜੀ ਦੀ ਇੱਕ ਪੰਕਤੀ ਇੱਥੇ ਯਾਦ ਆਈ ਕਹਿੰਦੇ ਰਾਜੇ ਪਾਪ ਕਮਾਨ ਦੇ ਉਲਟੀ ਵਾੜ ਖੇਤ ਕੋ ਖਾਏ ਅਸੀਂ ਜਿਨ੍ਹਾਂ ਉੱਤੇ ਭਰੋਸਾ ਕਰਕੇ ਆਪਣੀਆਂ ਦੁੱਖ ਤਕਲੀਫਾਂ ਦਾ ਕਿਸੇ ਨੂੰ ਭਾਈਵਾਲ ਕਿਸੇ ਨੂੰ ਨੁਮਾਇੰਦਾ ਚੁਣ ਲੈਂਦੇ ਹਾਂ ਤੇ ਜਦੋਂ ਕੋਈ ਸਾਡਾ ਘਰ ਲੁੱਟ ਲਵੇ ਤੇ ਅਸੀਂ ਫਰਿਆਦ ਕਿਹਦੇ ਅੱਗੇ ਜਾ ਕੇ ਕਰੀਏ। ਸੋ ਇਹ ਮੈਂ ਪਹਿਲੇ ਦੱਸਿਆ ਕਿ ਰਾਜਨੀਤਿਕ ਮੰਚ ਨਹੀਂ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਔਰ ਜ਼ਾਲਮਾਂ ਦੇ ਨਾਲ ਲੜਨ ਦੀ ਤਾਕਤ ਬਖਸ਼ਿਸ਼ ਕਰਨਾ ਤਾਂ ਕਿ ਸਤਿਗੁਰੂ ਜੀ ਤੁਹਾਡੇ ਡਰ ਤੋਂ ਵੱਡਾ ਕੋਈ ਡਰ ਨਹੀਂ ਕਿਉਂਕਿ ਜਦੋਂ ਸਾਰੇ ਦਰਵਾਜ਼ੇ ਬੰਦ ਨੇ ਇੱਕ ਐਸਾ ਸਤਿਗੁਰ ਦਾ ਡਰ ਹੈ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ। ਸਤਿਗੁਰੂ ਜੀ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀਆਂ ਜੋੜੀਆਂ ਨੇ ਕਿ ਸਤਿਗੁਰੂ ਜੀ ਤੁਸੀਂ ਆਪ ਇਨਸਾਫ ਸਾਨੂੰ ਆਪ ਦਿਵਾਉਣਾ ਹੈ ਜ਼ਾਲਮਾਂ ਦਾ ਜਿਹੜਾ ਕਾਤਲ ਹੈ ਸਤਿਗੁਰੂ ਜੀ ਤੁਸੀਂ ਆਪ ਕਰਨਾ ਹੈ। ਸੋ ਜਿੱਥੇ ਸਾਰੇ ਸਾਖ ਸੰਬੰਧੀ ਪਹੁੰਚੇ ਨੇ ਉੱਥੇ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਆਪਣਾ ਦੁੱਖ ਪ੍ਰਗਟ ਕਰਨ ਵਾਸਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਔਰ ਕੁਛ ਸ਼ੁਭ ਮਤੇ ਵੀ ਮੇਰੇ ਕੋਲ ਪਹੁੰਚੇ ਹੈ। ਸ਼੍ਰੀ ਸਤਪਾਲ ਜੀ ਗੁਸਾਈ ਸਾਬਕਾ ਹੈਲਥ ਮਿਨਿਸਟਰ ਕੁਛ ਸ਼ੁਭ ਮਤਾ ਵੀ ਆਇਆ ਉਹਨਾਂ ਦਾ ਔਰ ਉਹ ਵੀ ਪਹੁੰਚੇ ਹੈ ਆਪ ਵੀ ਪਹੁੰਚੇ ਹੈ। ਐਕਟਿਵ ਇੰਟੀਗ੍ਰੇਸ਼ਨ ਗਰੁੱਪ ਤੋਂ ਰਮੇਸ਼ ਬਾਂਗੜ ਜੀ ਪ੍ਰਧਾਨ ਉਹ ਵੀ ਪਹੁੰਚੇ ਹੈ। ਵਨੀਤਪਾਲ ਗੁੰਗਾ ਜੀ ਉਹਨਾਂ ਦਾ ਵੀ ਸ਼ੁਭ ਮਤਾ ਪਹੁੰਚਿਆ ਹੈ। ਇੰਚਾਰਜ ਵਾਰਡ ਨੰਬਰ 7 ਤੋਂ ਕੋਪਨ ਮੇਲਰ ਸੋਸ਼ਲ ਮੀਡੀਆ ਸੈੱਲ ਔਰ ਸਾਡੇ ਵੱਡੇ ਭੈਣ ਜੀ ਰਜੇਸ਼ਵਰੀ ਗੁਸਾਈ ਜੀ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਲੁਧਿਆਣਾ ਉਹ ਵੀ ਪਹੁੰਚੇ ਹੈ। ਭਾਰਤੀ ਜਨਤਾ ਪਾਰਟੀ ਦੇ ਰਾਏ ਨਗਰ ਮੰਡਲ ਤੋਂ ਪ੍ਰਧਾਨ ਅਸ਼ਨੀ ਰੰਜਨ ਜੀ ਉਹ ਸ਼ੁਭ ਮਤਾ ਲੈ ਕੇ ਆਏ ਨੇ ਔਰ ਆਪ ਵੀ ਹਾਜ਼ਰ ਨੇ। ਸੁਰਿੰਦਰ ਡਾਬਰ ਜੀ MLA ਲੁਧਿਆਣਾ ਸੈਂਟਰ ਇਸ ਵੇਲੇ ਘਰ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਹਾਜ਼ਰੀ ਲਵਾ ਕੇ ਗਏ ਹੈ ਔਰ ਡਿਸਟ੍ਰਿਕਟ ਕਾਂਗਰਸ ਕਮੇਟੀ ਤੋਂ ਰਜੀਵ ਸਰ ਵੱਡੇ ਜੀ ਉਹ ਵੀ ਆਏ ਹੈ। ਵਿਨੋਦ ਭਾਰਤੀ ਜੀ ਵੀ ਬੈਠੇ ਹੈ। ਸ਼੍ਰੀ ਰਵਿੰਦਰ ਅਰੋੜਾ ਜੀ ਭਾਰਤੀ ਜਨਤਾ ਪਾਰਟੀ ਤੋਂ ਪ੍ਰਧਾਨ ਉਹਨਾਂ ਦਾ ਵੀ ਸ਼ੁਭ ਮਤ ਆਇਆ। ਉਹਨਾਂ ਨਾਲ ਗੱਲ ਹੋਈ ਸੀ ਉਹ ਦਿੱਲੀ ਕਿਸੇ ਕੰਮ ਦੇ ਵਿੱਚ ਬਿਜ਼ੀ ਨੇ ਉਹ ਨਹੀਂ ਆ ਸਕੇ ਕਿਉਂਕਿ ਪਰਿਵਾਰ ਦੇ ਨਾਲ ਸ਼ੁਰੂ ਤੋਂ ਪਹਿਲੇ ਦਿਨ ਤੋਂ ਖੜੇ ਨੇ ਔਰ ਭਾਈਚਾਰਾ ਵੈਲਫੇਅਰ ਸੁਸਾਇਟੀ ਤੋਂ ਸੁਰਜੀਤ ਸਿੰਘ ਸਚਦੇਵਾ ਜੀ ਪ੍ਰਧਾਨ ਉਹ ਵੀ ਸ਼ੁਭ ਮਤਾ ਲੈ ਕੇ ਪਹੁੰਚੇ ਹੈ ਔਰ ਕੁਛ ਨਾਮ ਨੇ ਮੇਰੇ ਕੋਲ ਸਰਦਾਰ ਗੁਰਮੀਤ ਸਿੰਘ ਪੁਲਾੜ ਜੀ ਇੰਚਾਰਜ ਦਰਗਾਹ ਆਤਮਨਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰੀ ਲਗਾ ਕੇ ਗਏ ਹੈ ਔਰ ਸਮੂਹ ਮਹਾਸ਼ਾ ਸੁਧਾਰ ਸਭਾ ਵੱਲੋਂ ਸ਼ੁਭ ਮਤਾ ਵੀ ਆਇਆ। ਵੀਰਦਾ ਜੀ ਵਿਆਲਾ ਜੀ ਬੇਲਾ ਜੀ ਕਲਾ ਜੀ ਸਮੂਹ ਭਾਰਤੀ ਸਭਾ ਤੋਂ ਵੀ ਸ਼ੁਭ ਮਤਾ ਆਇਆ ਔਰ ਅਜੀਤ ਸਿੰਘ ਖਾਲਸਾ ਜੀ ਆਪ ਆਏ ਸੀਗੇ। ਯੋਗੇਸ਼ ਚੌਹਾਨ ਜੀ ਸਾਬਕਾ ਪ੍ਰਧਾਨ ਕਰਵਾਈ ਨਗਰ ਮੰਡਲ ਔਰ ਜਸਵੀਰ ਸਿੰਘ ਕਾਲੜਾ ਜੀ ਪ੍ਰਧਾਨ ਮਹਾਂਵੀਰ ਜਾਣਕਾਰ ਪਰਵਿੰਦਰ ਮਹਿਤਾ ਜੀ ਵਾਈਸ ਪ੍ਰਧਾਨ ਜਸਵੀਰ ਸਿੰਘ ਗੁਗਾ ਜੀ ਸ਼੍ਰੋਮਣੀ ਅਕਾਲੀ ਦਲ ਜੀ ਸ਼ੀਸ਼ੀ ਜੀ ਔਰ ਸਰਦਾਰ ਜਸਪਾਲ ਸਿੰਘ ਜੀ ਜਨਰਲ ਸਕੱਤਰ ਸਿੱਖ ਸੋਲੋ ਫੈਡਰੇਸ਼ਨ ਮਹਿਤਾ ਸ਼੍ਰੀ ਸ਼ੀਸ਼ ਮਲਹੋਤਰਾ ਜੀ ਰਿਟਾਇਰਡ ACP ਪ੍ਰਵਕਤਾ BJP ਪੰਜਾਬ ਰਣਜੀਤ ਢਿੱਲੋਂ ਜੀ ਵੀ ਹਾਜ਼ਰ ਨੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੈ। ਬਲਜੀਤ ਸਤਵਾਲ ਜੀ ਹਰਪਾਲ ਕੋਹਲੀ ਜੀ ਚੌਧਰੀ ਯਸ਼ਪਾਲ ਜੀ ਕੌਂਸਲਰ ਵਾਰਡ ਨੰਬਰ 8 ਤੋਂ ਗੁਰਪ੍ਰੀਤ ਸਿੰਘ ਪੁਰਾਣਾ ਗੁਰਪ੍ਰੀਤ ਸਾਹਿਬ ਪਾਰਟੀ ਤੋਂ ਵਿਪਨ ਸੂਦ ਕਾਕਾ ਜੀ
ਪਵਨਦੀਪ ਮਦਾਨ ਜੀ, ਵਿਨੋਦ ਭਾਰਤੀ ਜੀ, ਜਨਰਲ ਸਕੱਤਰ ਕਾਂਗਰਸ ਕਮੇਟੀ ਪੰਜਾਬ, ਟੀਟੂ ਨਾਗਪਾਲ ਜੀ, ਰਜਿੰਦਰ ਸਿੰਘ ਰਾਜਾ ਜੀ, ਕਨਿਕਾ ਜਿੰਦਰ ਪਹਿਲਾ ਮੋਰਚਾ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ, ਬਿੱਟੂ ਮਾਧੋਪੁਰੀਆ, ਹਰਪ੍ਰੀਤ ਹਨੀ ਜੀ, ਇਹ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ। ਔਰ ਸਭ ਤੋਂ ਪਹਿਲਾਂ ਮੈਂ ਮੇਰੇ ਵੀਰ ਬੇਨਤੀ ਕਰਾਂਗਾ ਮਨੀ ਨੂੰ ਕਿ ਉਹ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਆ ਜਾਣ, ਜੋ ਗੁਰੂ ਘਰ ਵੱਲੋਂ ਸਰਬ ਪਾਉ ਦੀ ਬਖਸ਼ਿਸ਼ ਹੈ ਪਹਿਲਾਂ ਉਹ ਲੈ ਲੈਣ। ਗਗਨਦੀਪ ਸਿੰਘ ਮਨੀ ਜੀ ਔਰ ਇੱਕ ਦਸਤਾਰ ਗੁਰਦੁਆਰਾ ਹਰਮਿੰਦਰ ਸਾਹਿਬ ਤੋਂ ਰਜਿੰਦਰ ਸਿੰਘ ਦੂਆ ਜੀ ਲੈ ਕੇ ਆਏ ਆ। ਬੇਨਤੀ ਕਰਾਂਗਾ ਨਾਲ ਵੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਰਬ ਪਾਉ ਦੀ ਬਖਸ਼ਿਸ਼ ਹੈ ਜਿਹੜੀ ਗੁਰੂ ਘਰ ਵੱਲੋਂ ਉਹ ਦਿੱਤੀ ਜਾਵੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਦਸਾਂ ਗੁਰੂਆਂ ਦੀ ਜੋਤਾਂ ਜੁਗਾ ਜੁਗਾ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਬਾਰ ਵਿੱਚ ਆਪੋ ਆਪਣੇ ਨਾਲ ਇਹਨਾਂ ਬਾਕੀਆਂ ਦੀਆਂ ਸੰਗਤਾਂ ਆਓ ਉਸ ਕਰਨੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੁਲਾਈ ਗੁਰੂ ਫਤਿਹ ਨੂੰ ਸਾਰੇ ਹੀ ਨਗਰ ਦਾ ਸਿਰ ਪ੍ਰਵਾਨ ਕਰਿਓ। ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਦੁੱਖ ਦੀ ਘੜੀ ਹੈ, ਸਾਰਾ ਹੀ ਜਗਤ ਜਿੱਥੋਂ ਤੱਕ ਇਸ ਮੈਂ ਤਾਂ ਇਹਨੂੰ ਕਤਲ ਕਰਾਂ, ਇਸ ਕਤਲ ਦੀ ਆਵਾਜ਼ ਜਿੱਥੋਂ ਤੱਕ ਗਈ ਹੈ ਹਰ ਇੱਕ ਦਾ ਜਿਹੜਾ ਹਿਰਦਾ ਸੀ ਉਹ ਜ਼ਰੂਰ ਰਹਿ ਗਿਆ, ਕਿਉਂਕਿ ਨੌਜਵਾਨ ਪੁੱਤ ਜਿਹੜਾ ਚਲੇ ਜਾਣਾ ਉਹਦਾ ਬਹੁਤ ਦੁੱਖ ਤੇ ਅਫਸੋਸ ਹੈ। ਜਿਹੜੀ ਘੜੀ ਦਾ ਜਿਹੜੇ ਸਮੇਂ ਦਾ ਕਦੇ ਪਤਾ ਨਾ ਹੋਵੇ ਤੇ ਜਦੋਂ ਉਹ ਘੜੀ ਆ ਜਾਂਦੀ ਹੈ ਫਿਰ ਜਿਸ ਤਰ੍ਹਾਂ ਲੱਗੇ ਸੋਈ ਜਾਣੇ ਪੁੱਣ ਜਾਣੇ ਕੀ ਹੁੰਦਾ। ਉਸ ਦਿਨ ਉਸ ਮਾਂ ਦਾ ਹਾਲ, ਉਸ ਪਿਤਾ ਦਾ ਹਾਲ ਤੇ ਭਰਾ ਮਨੀ ਖੜੇ ਦਾ ਹਾਲ ਜਿਹੜਾ ਦੇਖਿਆ ਨਹੀਂ ਸੀ। ਪਰ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਇਹ ਸੰਘਰਸ਼ ਕਰਨ ਦਾ ਬੜਾ ਵੱਡਾ ਉਦਮ ਤੇ ਬਲ ਬਖਸ਼ਿਸ਼ ਕੀਤਾ। ਬੜੇ ਵੱਡੇ ਜਿਗਰੇ ਦੇ ਨਾਲ, ਬੜੇ ਵੱਡੇ ਹਿਰਦੇ ਦੇ ਨਾਲ ਇਸ ਸੰਘਰਸ਼ ਨੂੰ ਲੜਿਆ। ਚਾਹੇ ਉਸ ਨੌਜਵਾਨ ਕੱਚੇ ਦਾ ਸਰੀਰ 15-16 ਦਿਨ ਹੋਸਪਿਟਲ ਦੇ ਵਿੱਚ ਪਿਆ ਰਿਹਾ, ਪਰ ਮੈਂ ਸਮਝਦਾ ਕਿ ਜਿਹੜਾ ਜਿਗਰ ਦਾ ਟੁੱਟਾ ਗਿਆ ਉਸ ਮਾਂ ਨੇ ਵੀ ਬਹੁਤ ਵੱਡਾ ਸੰਘਰਸ਼ ਕੀਤਾ ਹੈ। ਕਈ ਵਾਰ ਆਪਾਂ ਦੇਖਦੇ ਹਾਂ ਇੱਕ ਛੋਟਾ ਜਿਹਾ ਜਾਨਵਰ ਆਪਾਂ ਪਾਲਦੇ ਹਾਂ ਤੇ ਉਹ ਜਾਨਵਰ ਕਦੇ 5-6 ਮਹੀਨੇ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਆਪਾਂ ਦੇਖਦੇ ਰਹਿੰਦੇ ਹਾਂ ਕਿ ਜਾਨਵਰ ਇੱਥੇ ਬੈਠਾ ਸੀ ਉੱਥੇ ਬੈਠਾ ਸੀ। ਪਰ ਇਸ ਮਾਂ ਦਾ ਪੁੱਤ ਜਿਹਨੂੰ ਹਮੇਸ਼ਾ ਹੀ ਮਾਂ ਨੇ ਆਪਣੇ ਹੱਥਾਂ ਦੇ ਨਾਲ ਲੱਭਦੇ, ਪਰ ਇਸ ਜ਼ਾਲਮ ਨੂੰ ਸਰਕਾਰਾਂ ਦੇ ਚਹੇਤਿਆਂ ਨੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਸਾਰਾ ਪ੍ਰਸ਼ਾਸਨ ਮਦਦ ਕਿਹੜੀ ਕਰਦਾ ਹੈ ਚਹੇਤਿਆਂ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਆਖ ਦੇਣੀ ਚਾਹੁੰਦਾ ਕਿ ਪਰਮੇਸ਼ਰ ਦਾ ਆਪਣੇ ਹੁਕਮਨਾਮਾ ਆਇਆ ਸੀ ਸੋਠ ਮਹੱਲਾ ਪੰਜਵਾਂ, ਇੱਕ ਪਿਤਾ ਇੱਕ ਸਕੇ ਹੰਪਾਰ। ਚਾਹੇ ਇਸ ਦੁਨੀਆਂ ਦੇ ਵਿੱਚ ਕੋਈ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ ਤੇ ਚਾਹੇ ਮੁਸਲਮਾਨ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੱਤੀ ਤਵੀ ਦੇ ਉੱਤੇ ਬੈਠ ਕੇ ਜਾਲਮਾਂ ਨੂੰ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਜਿਨ੍ਹਾਂ ਨੇ ਸਾਨੂੰ ਇਹ ਸੰਘਰਸ਼ ਕਰਨਾ ਦੱਸਿਆ। ਪਰ ਮੈਂ ਪਰਿਵਾਰ ਨੂੰ ਬੇਨਤੀ ਕਰਦਾ ਕਿ ਬਹੁਤ ਵੱਡਾ ਦੁੱਖ ਤੇ ਅਫਸੋਸ ਹੈ ਜਿਹਨੂੰ ਮੈਂ ਆਪਣੇ ਵਚਨਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਡਾ ਵੱਡਾ ਹੌਸਲਾ ਰੱਖ ਕੇ ਤੁਸੀਂ ਇਹ ਸੰਘਰਸ਼ ਕੱਢਿਆ ਸੀ, ਇਸਦੇ ਨਾਲ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਦੀ ਬਹਿਸ ਹੈ, ਰਵਿੰਦਰ ਸਿੰਘ ਦੀ ਬਹਿਸ ਹੈ, ਉਹਨਾਂ ਨੇ ਆਉਣਾ ਸੀ, ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਕਿਸੇ ਕਾਰਨ ਕਰਕੇ।
ਪਰ ਇਹ ਸਾਰੀ ਇਨਸਾਫ ਪਾਰਟੀ ਤੁਹਾਡੇ ਨਾਲ ਖੜੀ ਹੈ। ਜਿਸ ਤਰ੍ਹਾਂ ਸੰਘਰਸ਼ ਚੱਲਦਾ ਸੀ ਇਸੇ ਤਰ੍ਹਾਂ ਹੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਇਹ ਸੰਘਰਸ਼ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਿੰਨਾ ਚਿਰ ਇਹ ਜ਼ਾਲਮ ਸਰਕਾਰ ਦੇ ਚਹੇਤੇ ਫਾਂਸੀ ਦੇ ਤਖ਼ਤੇ ਦੇ ਨਹੀਂ ਲਟਕੇ ਜਾਂਦੇ ਉਹਨਾਂ ਚਿਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸੇ ਤਰ੍ਹਾਂ ਮੋਢੇ ਸਾਹਿਬ ਪਾਰਟੀ ਖੜੇ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਬੇਨਤੀ ਕਰਾਂਗਾ ਸ਼੍ਰੀ ਸਤਪਾਲ ਜੀ ਗੁਸਾਈ ਉਹ ਵੀ ਆਉਣ ਇੱਕ ਮਿੰਟ ਵਾਸਤੇ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ। ਜਥੇਦਾਰ ਉਮਰ ਸਿੰਘ ਜੀ ਧੰਨ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਹੈ। ਗੁਰਵਿੰਦਰਪਾਲ ਸਿੰਘ ਜੀ ਪੱਪੂ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੈ। ਸੰਜੇ ਕਪੂਰ ਜੀ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੈ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਵੱਡਾ ਮੈਂ ਸਮਝਦਾ ਹਰ ਕਿਸੇ ਗਰੀਬ ਨਾਲ ਧੱਕਾ ਨਾ ਹੋਵੇ
ਉਸ ਧੱਕੇ ਨੂੰ ਰੋਕਿਆ ਜਾ ਸਕਦਾ ਜਾ ਸਕਦਾ ਸੀ। ਮੈਂ ਇਸ ਦੁੱਖ ਬੜੇ ਵੱਡੇ ਦੁੱਖ ਸ੍ਰੀ ਗੁਰੂ ਦਾ ਕਿਉਂਕਿ ਦੁੱਖ ਸ਼ਾਮ ਹੋਣਾ ਦੁੱਖ ਕਰਦਾ ਔਰ ਖੁਸ਼ੀ ਸ਼ਾਮਲ ਹੋਣਾ ਖੁਸ਼ੀ ਵਰਤੀ ਲੇਕਿਨ ਪਤਾ ਉਹਨੇ ਹੁੰਦਾ ਜਿਸ ਪਰਿਵਾਰ ਮਾਂ ਹੁੰਦਾ ਨਾ ਜਿਸ ਮਾਂ ਦਾ ਬੇਟਾ ਗਿਆ ਭੈਣ ਦਾ ਵੀਰ ਗਿਆ ਮਨੀ ਖੇਡ ਦਾ ਭਰਾ ਗਿਆ ਨਾ ਸੋਹਣੇ ਦਾ ਪੀੜਾ ਉਹਨਾਂ ਸਾਡੇ ਤੋਂ ਬੜੀ ਪੀੜਾ ਉਸ ਐਵਰੇਜ ਤੋਂ ਘੱਟ ਪੀੜਾ ਤਾਂ ਬਹੁਤ ਲੋਕ ਦੇ ਅੰਦਰ ਫਿਰ ਨੀਂਦ ਲਈ ਆਈ ਤੇ ਹੋਇਆ ਕੀ ਕਿਉਂ ਹੋਇਆ ਇਹ ਨਹੀਂ ਵੀ ਕੁਛ ਨਹੀਂ ਕਰ ਲੇਕਿਨ ਜ਼ਿਆਦਾ ਨਾ ਕੁਛ ਕਰਦਾ ਮੈਂ ਇਸ ਪਰਿਵਾਰ ਦਾ ਨਾਮ ਜਦੋਂ ਦਰਬੇ ਰੱਖਿਆ ਹੋਇਆ ਉਸ ਗੁਰੂ ਸਾਹਿਬ ਮੈਂ ਵੀ ਬੇਨਤੀ ਕਰਾਂਗਾ ਤੇ ਜਿਹੜੀ ਜਾਣ ਵਾਲੀ ਗੁਰੂ ਹੈ ਆਪਣੇ ਚਰਨਾਂ 'ਚ ਮੌਤ ਦੇਵੇ ਹੁਣ ਜਿਹੜਾ ਬਹੁਤ ਵੱਡਾ ਪਾਣਾ ਹੋਇਆ ਉਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਵੇ ਤਾਂ ਕਿ ਇਹ ਪਾਣਾ ਬਰਦਾਸ਼ਤ ਕਰ ਸਕੇ ਪਰਿਵਾਰ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਸੰਬੰਧੀ ਸਾਰੇ ਜਿੰਦੇ ਲੋਕ ਬਾਰੇ ਬਰਦਾਸ਼ਤ ਕਰ ਸਕਣ ਇਹਦਾ ਹੀ ਗੰਗਾ ਫਤਿਹ ਬਣਾਉਂਗਾ ਕਿਰਪਾ ਕਰਕੇ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਲਾਡੀ ਮਾਨ ਜੀ ਗੁਰਮਾਲ ਮਹਾਰਾਜ ਜੀ ਦੇ ਜੋੜੇ 'ਚ ਬੈਠੇ ਸਾਡੇ ਸਾਧ ਸੰਗਤ ਜੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਰਿੰਗਲ ਦੇ ਜਾਣ 'ਤੇ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਹੋ ਜਿਹਾ ਦੁੱਖ ਤੇ ਕਿਸੇ ਦੇ ਨਾ ਆਵੇ ਇੱਕ 20 ਸਾਲ ਦਾ ਬੱਚਾ ਜਿਹਨਾਂ ਨੂੰ ਬਾਹਰੋਂ ਗੁੰਡੇ ਤੇ ਆ ਕੇ ਉਹਦਾ ਕਤਲ ਕਰਾਇਆ ਗਿਆ ਮੈਂ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਪਰਿਵਾਰ ਨੂੰ ਆਪਣੇ ਵੱਲੋਂ ਭਰੋਸਾ ਦਵਾਉਣਾ ਚਾਹੁੰਦਾ ਕਿ ਆਪਣੀ ਭੈਣ ਨੂੰ ਅਤੇ ਛੋਟੇ ਵੀਰ ਨੂੰ ਜਿੰਨੀ ਦੇਰ ਵੀ ਇਹ ਕਾਤਲ ਫੜੇ ਨਹੀਂ ਜਾਂਦੇ ਇਹਨਾਂ ਨੂੰ ਸਜ਼ਾ ਨਹੀਂ ਹੋ ਸਕਦੀ ਭਾਰਤੀ ਜਨਤਾ ਪਾਰਟੀ ਮੈਂ ਅਸੀਂ ਸਾਰੇ ਮਿਲ ਕੇ ਤੁਹਾਡੇ ਪਰਿਵਾਰ ਦੇ ਨਾਲ ਖੜ੍ਹੇ ਹਾਂ ਕਿਸੇ ਟਾਈਮ ਵੀ ਕਿਤੇ ਵੀ ਜਾਣਾ ਹੋਏ ਕੁਛ ਵੀ ਕਰਨਾ ਹੋਏ ਅਸੀਂ ਉਹਨਾਂ ਨੂੰ ਰੈਸਟ ਕਰਾਉਣ ਦੇ ਵਿੱਚ ਜਾਂ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਪਰਿਵਾਰ ਦੇ ਨਾਲ ਜੋ ਵੀ ਸਾਨੂੰ ਕਰਨਾ ਪਏਗਾ ਅਸੀਂ ਪਰਿਵਾਰ ਦੇ ਨਾਲ ਹਾਂ ਮੈਂ ਜ਼ਿਆਦਾ ਕੁਛ ਨਾ ਬੋਲਦਾ ਹੋਇਆ ਆਓ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਅਤੇ ਪਿੱਛੋਂ ਭਾਣਾ ਬਣਨ ਦਾ ਬਲ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਸਾਬਕਾ MLA ਔਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹ ਵੀ ਆਉਣ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਔਰ ਸਾਡੇ ਦਰਮਿਆਨ ਲੋਇਲ ਯੂਥ ਫਾਊਂਡੇਸ਼ਨ ਵੱਲੋਂ ਅਮਰਦਾਸ ਸਿੰਘ ਮੈਦਾਨ ਜੀ ਸਰਜੀਤ ਸਿੰਘ ਜੀ ਜਨਕਪੁਰੀ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੈ ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਬਹੁਤ ਹੀ ਸਤਿਕਾਰ ਦੇ ਛੋਟੇ ਵੀਰ ਜਗਦੀਸ਼ ਸਿੰਘ ਨੇ ਕਰਮ ਸ਼ਰਧਾ ਦੇ ਸਤਿਕਾਰ ਭੇਟ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕੀਤਾ ਅਤੇ ਪਰਿਵਾਰ ਨਾਲ ਅੰਦਾਜ਼ੇ ਪ੍ਰਗਟ ਕਰਦੇ ਜੋ ਬੈਠੀ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿੰਦਾ ਪੰਜਾਬ ਦੇ ਕਹਿੰਦੇ ਮਗਰਾ ਬੈਠਾ ਕੇਰ ਕਰੇ ਕੇਰ ਕਰੇ ਤੇ ਹੱਥ ਨੂੰ ਮੱਜਦੇ ਬਾਜ ਪਏ ਬਾਜ ਪਏ ਤੇ ਸਰਾਬ ਦੇ ਕੇਲਾ ਮਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਦਾ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਸਕੇ ਸੰਬੰਧੀਆਂ ਦੇ ਕਿਸੇ ਦੇ ਚਿਰ ਦੇ ਚੇਤੇ ਵਿੱਚ ਵੀ ਇਹ ਗੱਲ ਨਹੀਂ ਸੀ ਕਿ ਨਿਕਲ ਜੀ ਦੇ ਨਾਲ ਇਸ ਤਰ੍ਹਾਂ ਦਾ ਭਾਣਾ ਵਾਪਰ ਆਪਾਂ ਅਕਸਰ ਗੱਲ ਸੁਣਦੇ ਹਾਂ ਵੀ ਅਚਿੱਤੇ ਬਾਜ ਪਏ ਇਸ ਸ਼ਬਦ ਗੁਰੂ ਸਾਹਿਬ ਦਾ ਅਚਿੱਤੇ ਬਾਜ ਪਏ ਪੈਂਦੇ ਕਿਸ ਤਰ੍ਹਾਂ ਨੇ ਕਿ ਆਪਾਂ ਇਸ ਪਰਿਵਾਰ 'ਤੇ ਦੇਖ ਸਕਦੇ
जो कद सोचा ना हो जो मन के कदे इस तरह की गल चुक भी ना हो इस तरह की घटना घट जाए ये प्रत्यक्ष तौर पर देखा जा सकता अजिते वाजपेयी का जरा कोई साधन होगा मेरे तो पहले सारे इदारिया ने जिसे श्रद्धा के सत्कार भेट किया उसे घटना किस तरह वापरी क्यों वापरी कि लोगों ने वापराई वो विस्तार में आप सारे जी आप पैसे जानते भी जिन्हें जो पुराने बैठे ने इन्हें नहीं सारा पंजाब सारा हिंदुस्तान सारा जहान इस गल जानता कि यह घटना कि कारण करके हुई कि लोगों ने घटना के अंजाम दिता क्यों करके देखो साडा राजसी सिस्टम यह सिस्टम इस करके बनया कि लोगों की भलाई हो देश कौम खिता तरक्की करे विकास करे लोग अपने मन मर्जी के नुमाइंदे चुन सकन मन मर्जी के नुमाइंदों वोट पाने के बाद उन्होंने अपनी फरियादा कर सकीए फरियाद करके अपने मसले हल कराइए अपने झगड़े हल कराइए अपने लोड़ा पूरी और जिन्हें लोगों ने जिम्मेवारियां दी जाए जिन्हें लोगों के उत्ते भरोसा प्रकट किया जाता तो जो वो लोग इस तरह कर जो वो लोग राखी करने बजाय जान मर जा लोगों की माल हिफाजत करने बजाय उन्होंने कदर कर लग जा फिर कौन बचा सकता फिर कौन बचाऊंगा फिर तो बात कर बचा नहीं कर सकते आप पिछले डेढ़ दो साल तो आप देखते आ रहे हैं किस तरह घटनावां पंजाब में हो रही हैं किन्ने नौजवान किन्ने घर के चिराग किन्ने परिवार के मुखी इस अंजाम ने अंजाम जो बनया से लोगों को देख सबूत देने वास्ते इस अंजाम ने बहुत परिवार चाड़े ने इस समय जिन्हों लोगों के क्योंकि एक सिस्टम साडा जो बनया असा बहुत कमियां ने बहुत उनताइया ने उन्होंने लोग ऐसे अगे अगे आ जाते हैं ऐसे लोग अगे आ जाते हैं जिन्हों की किरदार नहीं होंगे जिन्हों की सेवा की भावना नहीं होंगी जिन्हों का काम सिर्फ सिर्फ जोर जबर के नाल शक्ति हासिल करके उस शक्ति का दुरुपयोग करना उस शक्ति लोगों के अत्याचार करना उस शक्ति के नाल लोगों का जीना मुहाल करना ऐसे लोग जो तो अगे आई जाएंगे बार बार अगे आई जाएंगे कितने कि उस वे असं देखते नहीं उस वे अस समझते नहीं अस फैसला करने वे सोचते नहीं भी किस दे हक फैसला किया जाए ता जो ये निजाम सही चल सके इस सिस्टम सही चल सके इस सिस्टम के नाल लोगों का भला हो सके उस वे आप कई बार लालच में कई बार लिहाज में कई बार कि विश्वास में आके अपना फैसला गलत करते हैं तो मुड़ के सानू भुगतना अच भुगत रहे अजय परिवार के उत्ते जिस तरह का यह वारदात हो रही जिस तरह का भाणा वापरिया एक नौजवान बच्चा तेरे को कह देना बड़ा सौखा भाणे की गल आ भाणा कह देना बड़ा सौखा भी भाणा परिवार मन भी लिया अभी दिन हो गए इन हालातों के परिवार ने संघर्ष करके अपने बच्चे की रूह के लिए इंसाफ की मांग की और जिस तरह मेरे को पहला क्या गया भी इस गल की इस परिवार को दात देनी बनती है भी किस तरह गुरु साहब ने बख्शिश करके इस परिवार के बच्चों के उत्ते माता के उत्ते खेड़े के उत्ते उन्होंने पिता वरिंदर जी के उत्ते भैन के उत्ते होर संगी साथी जे सहयोग करते सारे सतगुरु सच्चे पातशाह की कृपा करके इन्ना बल बख्शिया कि यह लड़ाई में इन्ना इन्होंने दृढ़ता के नाल लड़िया एक मुकाम तक ले एक संघर्ष में किसी एक मुकाम तक पहुँचा सके ठीक है हजे जी लड़ाई लंबी आ लड़नी पैनी आ असी समुचा समाज इन परिवार की बारी की गल नहीं समाज समुचा समाज तुहाडे नाल इस गल दे परिवार के नाल खड़ा क्योंकि परिवार के उत्ते बहुत वड्डा अत्याचार ते साडा देखो अपना अधिकार आ इस सिस्टम के साथ अपना अधिकार है कि वोट किसको पानी है सपोर्ट किसकी करनी है किसके नाम तोड़ना है ये तो कोई जबर के नाल नहीं कोई जुर्म के नाल नहीं कोई ये नहीं है कि साढ़े नाल नहीं चलिया तो तेरे पंजाब में जिन्हें देश में रहने नहीं दिता जा सकता इस तरह के हालात हो बने तो इस करके
बहुत बड़ा अत्याचार करवाते हुए बयान नहीं किया जा सकता। इसके परिवार को तलाश दिता सकता बहुत औखी है गल मनी बहुत औखा है भाणा मनना तो यह गल सहन करनी जो कहते परिवार मने जो कि ऐसा वड्डा पर किता भी कुछ नहीं जा सकता किता भी कुछ नहीं जा सकता कि दिन तो आप मान ही रहे सतगुरु का भाणा सो सतगुरु कृपा करे मेहर करे रहमत करे उस छोटे जे नन्हे जे साडे वीर नूं सतगुरु अपने पवित्र चरणां स्थान दे पिछे जिते परिवार नूं इह भाणा मनण दी शक्ति बख्शन उत्थे इह वी बल बख्शन कि इह परिवार इस राई नूं जान तक लैके जा सके उहदा कादरां नूं जिन्हां ने जिते इस बच्चे दे उत्ते अत्याचार कीता परिवार ते अत्याचार कीता उहनां नूं जो उहनां दी सज़ा है उह सज़ा मिली जिते आपां अरदास बच्चे दे लई कीती उत्थे आपां इह वी अरदास करीए सतगुरु कृपा करी उहनां कादरां नूं बख्शी ना। ठीक है देखो दरियावी नज़र दे विच कई वार कई जुर्म करन वाले निकल जांदे बच सकते हैं पर सतगुरु सच्चे पातशाह दी नज़र तों कोई बच नहीं सकदा ਇਹਦੀ ਨਜ਼ਰ ਤੋਂ ਨਹੀਂ ਬਚਿਆ ਜਾ ਸਕਦਾ। ਸੋ ਇਸ ਕਰਕੇ ਆਪਾਂ ਅਰਦਾਸ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਿਹਰ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਉਸ ਸਾਡੇ ਵੀਰ ਨੂੰ ਆਪਣੇ ਪਵਿੱਤਰ ਚਰਨਾਂ ਸਥਾਨ ਦੇਣ ਅਤੇ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ ਅਤੇ ਉਹਨਾਂ ਜ਼ਾਲਮਾਂ ਨੂੰ ਉਹਨਾਂ ਦੇ ਸਹੀ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬਿਠਾਉਣ ਇਹਦੀ ਬੇਨਤੀ ਕਰਦਾ ਹਾਂ ਮੈਂ ਆਪਣੇ ਵੱਲੋਂ ਮੇਰੇ ਸਾਥੀ ਬੈਠੇ ਸਰਦਾਰ ਭਗਤ ਸਿੰਘ ਜੀ ਤੰਗ ਰਜਨੀ ਸਿੰਘ ਸਰਪਾਲ ਜੀ ਕਿਰਨਪਾਲ ਜੀ ਪੱਪੂ ਉਹਦੀ ਸਭ ਹੋਰ ਬਹੁਤ ਸਾਥੀ ਆਏ ਹੋਏ ਨੇ ਸਾਰਿਆਂ ਦੇ ਵੱਲੋਂ ਵਿਸ਼ਵ ਜੁਗੀ ਆਤਮਾ ਨੇ ਜਾਣਨਾ ਸ਼ਰਧਾ ਸਤਿਕਾਰ ਭੇਟ ਕਰਦਾ ਆਪਣੀ ਪਾਰਟੀ ਵੱਲੋਂ ਅਤੇ ਆਪਣੀ ਪਾਰਟੀ ਦੇ ਮੁਖੀ ਸਰਦਾਰ ਸਿੰਘ ਸਿੰਘ ਜੀ ਬਾਦਲ ਉਹਨਾਂ ਵੱਲੋਂ ਵੀ ਵਿਸ਼ਵ ਜੁਗੀ ਆਤਮਾ ਨੇ ਜਾਣਨਾ ਸ਼ਰਧਾ ਸਤਿਕਾਰ ਭੇਟ ਕਰਨਾ ਅਤੇ ਅੱਜ ਕਰਨਾ ਤੇ ਇਹ ਵੀ ਮੈਂ ਬੇਨਤੀ ਕਰਦਾ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦੇ ਨਾਲ ਖੜਾ ਕਿਤੇ ਵੀ ਕੋਈ ਜੁਰਮ ਹੋਵੇ ਅਸੀਂ ਜੁਰਮ ਦੇ ਖਿਲਾਫ਼ ਹਾਂ ਜਿਹੜਾ ਵੀ ਜ਼ਾਲਮ ਆ ਉਹ ਸਾਡਾ ਵੀ ਦੁਸ਼ਮਣ ਆ ਤੁਹਾਡਾ ਵੀ ਦੁਸ਼ਮਣ ਆ ਜ਼ਾਲਮ ਦੇ ਖਿਲਾਫ਼ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਦਾ ਆ ਰਿਹਾ ਕਰਦਾ ਰਹੇਗਾ। ਸੋ ਕਿਤੇ ਵੀ ਸਾਡੀ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਅਸੀਂ ਦੇਵੀ ਜੀ ਬੈਠੇ ਨੇ ਗੁਰੂ ਸਾਹਿਬ ਸਾਹਿਬ ਕਹਿ ਕੇ ਗਏ ਨੇ ਸਮੁੱਚੇ ਤੌਰ 'ਤੇ ਸਾਡਾ ਗੱਠਜੋੜ ਤੁਹਾਡੇ ਨਾਲ ਖੜਾ ਇਹ ਬੇਨਤੀ ਕਰਦਾ ਕਿ ਮਾਤਾ ਜਾਤੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੇ ਆਪਣਾ ਦੁੱਖ ਸਾਂਝਾ ਕੀਤਾ ਬੁਲਾਰੇ ਬਹੁਤ ਨੇ ਫਿਰ ਦੋ ਹੱਥ ਜੋੜ ਕੇ ਚਰਨਾਂ 'ਚ ਬੇਨਤੀ ਆ ਮਾਫ਼ੀ ਮੰਗ ਰਿਹਾ ਸਮੇਂ ਦੀ ਘਾਟ ਕਰਕੇ ਨਹੀਂ ਬੁਲਾ ਸਕੇ ਔਰ ਸਾਡੇ ਦਰਮਿਆਨ ਅੰਬਿਕਾ ਬੱਤਰਾ ਜੀ ਭਾਰਤੀ ਜਨਤਾ ਪਾਰਟੀ ਤੋਂ ਰਮਨਜੀਤ ਅਨਮੋਲ ਜੀ ਜਨਰਲ ਸੈਕਟਰੀ ਗੁਰਦੁਆਰਾ ਨਗਰ ਮੰਦਰ ਉਹ ਵੀ ਉਹਨਾਂ ਦਾ ਵੀ ਬਹੁਤ ਪਿਆਰ ਸੀ ਦਿਲ ਦੇ ਨਾਲ ਸ਼ੁਰੂ ਤੋਂ ਹੀ ਇਕੱਠੇ ਨੇ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਔਰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਦੇਗ ਵਰਤੇ ਲਈ ਉਪਰੰਤ ਗੁਰੂ ਕੇ ਲੰਗਰ ਉੱਪਰ ਚੱਲ ਰਹੇ ਹੈ ਗੁਰੂ ਕੇ ਲੰਗਰ ਛਕੇ ਬਿਨਾਂ ਕਿਸੇ ਨੇ ਨਹੀਂ ਜਾਣਾ ਇਤਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।